ਆ ਦੋਸਤੋ ਮੇਰੀ ਕਿਤਾਬ ਮਿਰਗਾਵਲੀ ਚੋ ਇੱਕ ਗਜ਼ਲ ਹਾਜ਼ਰ ਹੈ ਜਿਹੜੀ ਮੈਂ ਆਪਣੇ ਮਿੱਤਰ ਬੇਕਸਫੀਲਡ ਵਸਦੇ ਅਜੀਤ ਸਿੰਘ ਪਠੜ੍ਹਲ ਨੂੰ ਸਮਰਪਿਤ ਕੀਤੀ ਹੋਈ ਹੈ ਕਿ ਇੱਕੋ ਵਿੜੇ ਚੋਗ ਚੁਕਦੀਆਂ ਚਿੜੀਆਂ ਰੰਗ ਬਰੰਗੀਆਂ ਨੇ ਸੋਚਦੀਆਂ ਇੱਕ ਸ਼ਿਕਰੇ ਨੇ ਕਿਉਂ ਜਾਂਦਾ ਸੋਲੀ ਟੰਗੀਆਂ ਨੇ ਆਪਣੇ ਤਨ ਦੀ ਰਾਖੀ ਲਈ ਜੇ ਚੁੰਝਾਂ ਹੀ ਕਮ ਆਈਆਂ ਨਾ ਫਿਰ ਤਾਂ ਐਸ ਹਯਾਤੀ ਤੋਂ ਸੱਜਣੋਂ ਮੌਤਾਂ ਚੰਗੀਆਂ ਨੇ ਆਪਣੇ ਅਸਲੀ ਰੰਗ ਸਲਾਮਤ ਰੱਖਣਾ ਧਰਮ ਬਰਾਬਰ ਹੈ ਇਸ ਲਈ ਹੀ ਦਸਮ ਗੁਰੂ ਨੇ ਕਸਮਾਂ ਸਾਥੋਂ ਮੰਗੀਆਂ ਨੇ ਸਾਡੇ ਪੁੱਤਰ ਧੀਆਂ ਬਣ ਗਏ ਵਰਮੀਆਂ ਦੇ ਰਖਵਾਲੇ ਕਿਉਂ ਇੱਥੇ ਵਸਦੀ ਨਾਗੜ ਨੇ ਹੀ ਸਾਡੀਆਂ ਪੁਛਤਾ ਡੰਗੀਆਂ ਨੇ ਚੰਦਰਮਾ ਜਾਂ ਮੰਗਲ ਉੱਤੇ ਆਪਾਂ ਜਾ ਕੇ ਕੀ ਲੈਣਾ ਹੈ ਇਸ ਧਰਤੀ ਨੋਗੀਆਂ ਹਾਲੇ ਰੀ ਜਾਂ ਸੋਨੇ ਰੰਗੀਆਂ ਨੇ ਤੀਰਾਂ ਵਿੰਨਿਆ ਬਾਬਲ ਮੇਰਾ ਖੇਤਾਂ ਅੰਦਰ ਫਿਕਰ ਖੜੇ ਪਹਿਰੀ ਧੌੜੀ ਜੁੱਤੀ ਪੀੜੀ ਚਾਰ ਚ ਫੇਰੇ ਤੰਗੀਆਂ ਨੇ ਖਬਰੇ ਕਦ ਪੱਤ ਛੜਦੇ ਮਗਰੋਂ ਲਗਰਾਂ ਫੁੱਟਣ ਖਬਰ ਨਹੀਂ ਜਿਉਂ ਜੰਮੇ ਹਾਂ ਹਾਲੇ ਤੱਕ ਤਾਂ ਸਾਰੀਆਂ ਟਾਣਾ ਨੰਗੀਆਂ ਨੇ ਇੱਕੋ ਵੇੜੇ ਚੋਗ ਚੁਗਦੀਆਂ ਜਿਹੜੀਆਂ ਰੰਗ ਬਰੰਗੀਆਂ ਨੇ ਸੋਚਦੀਆਂ ਇੱਕ ਛਿਕਰੇ ਨੇ ਕਿਉਂ ਜਾਨਾਂ ਸੋਲੀ ਟੰਗੀਆਂ ਨੇ ਖਬਰੇ ਕਦ ਪੱਤ ਛੜਦੇ ਮਗਰੋਂ ਲਗਰਾਂ ਫੁੱਟਣ ਖਬਰ ਨਹੀਂ ਜਿਉਂ ਜੰਮੇ ਹਾਂ ਹਾਲੇ ਤੱਕ ਤਾਂ ਸਾਰੀਆਂ ਟਾਣਾ ਨੰਗੀਆਂ ਨੇ ਤੀਰਾ ਵਿਨਿਆ ਬਾਬਲ ਮੇਰਾ ਖੇਤਾ ਅੰਦਰ ਫਿਕਰ ਖੜੇ ਪੈਰੀਂ ਤੋੜੀ ਜੁੱਤੀ ਢੀੜੀ ਚਾਰ ਚਫਰੇ ਤੰਗੀਆਂ ਨੇ ਤੁਹਾਡਾ ਆਪਣਾ ਗੁਰਪ੍ਰਜਨ ਗਿੱਲ